ਕਰਨਗੇ ਪਿਓ ਤੇ ਆਪਣੀ ਬੋਲੀ ਵਿਰਸੇ ਕੌਮ ਤੇ। ਇਹ ਨਹੀਂ ਪਤਾ ਸੀ ਗੁਰੂਆਂ ਤੋਂ ਵਰਸਾਈ ਬੋਲੀ, ਇਹ ਨਹੀਂ ਪਤਾ ਸੀ ਗੁਰੂਆਂ ਤੋਂ ਵਰਸਾਈ ਬੋਲੀ ਜਿਹਦੇ ਅੱਖਰਾਂ 'ਚ ਛਪੀ ਅਖਬਾਰ ਵੀ ਸਾਡੀ ਮਾਂ ਨੇ ਕਦੀ ਸਾਨੂੰ ਪੈਰਾਂ ਹੇਠ ਨਾ ਸੁੱਟਣ ਦਿੱਤੀ, ਜਿਹਦੇ ਅੱਖਰਾਂ 'ਚ ਛਪੀ ਅਖਬਾਰ ਵੀ ਸਾਡੀ ਮਾਂ ਨੇ ਕਦੀ ਸਾਨੂੰ ਪੈਰਾਂ ਹੇਠ ਨਾ ਸੁੱਟਣ ਦਿੱਤੀ, ਮਲ ਮੂਤਰ ਵਿੱਚ ਭਿੱਜਣ ਨਾ ਦਿੱਤੀ, ਉਹਨਾਂ ਲਈ ਮਿਹਣਾ ਬਣ ਜਾਊ। ਵੱਡੇ ਹੋ ਕੇ ਸਾਡੇ ਬੱਚੇ ਰੋਕਣਗੇ ਆਪਣੇ ਬੱਚਿਆਂ ਨੂੰ ਇਸ ਬੋਲੀ ਵਿੱਚ ਗੱਲਾਂ ਕਰਨ। ਜਦੋਂ ਮੇਰੇ ਪੋਤੇ ਦੀ ਦਾਦੀ ਉਹਨੂੰ ਚੁੱਪ ਕਰਾਉਣ ਲਈ ਪੈਰਾਂ ਦਾ ਭੰਗੂੜਾ ਬਣਾ ਕੇ ਗੀਤ ਸੁਣਾਉਂਦੀ, ਭਾਂਡੇ ਟੀਂਡੇ ਸਾਂਭ ਲਓ ਹਨੇਰੀ ਆ ਗਈ ਜੇ, ਸੱਚਮੁੱਚ ਘਰ 'ਚ ਹਨੇਰੀ ਆ ਜਾਂਦੀ, ਅਨਪੜ੍ਹ ਦਾਦੀ ਲਈ ਵਿਚਾਰੀ ਬੋਲੀ ਲਈ, ਸੱਚਮੁੱਚ ਘਰ 'ਚ ਹਨੇਰੀ ਆ ਜਾਂਦੀ, ਅਨਪੜ੍ਹ ਦਾਦੀ ਲਈ ਵਿਚਾਰੀ ਬੋਲੀ ਲਈ ਵੀ ਰੌਲਾ ਪੈਂਦਾ ਕੀ ਕਰਦੇ ਹੋ, ਰੌਲਾ ਪੈਂਦਾ ਕੀ ਕਰਦੇ ਹੋ, ਸ਼ਰਮਸਾਰ ਹੋ ਕੰਬਣ ਲੱਗਦੇ ਗੁੱਸੇ ਵਿੱਚ ਉਹਨਾਂ ਦੇ ਮਾਪੇ, ਸ਼ਰਮਸਾਰ ਹੋ ਕੰਬਣ ਲੱਗਦੇ ਗੁੱਸੇ ਵਿੱਚ ਉਹਨਾਂ ਦੇ ਮਾਪੇ, ਚੰਗੇ ਸਕੂਲ ਉਹਨਾਂ ਦੇ ਦਾਖਲੇ ਨੂੰ ਚੰਗੇ ਸਕੂਲ 'ਚ ਬੱਚਿਆਂ ਦੇ ਉੱਚ ਸਮਾਜ 'ਚ ਖੁਦ ਉਹਨਾਂ ਦੇ ਦਾਖਲੇ ਨੂੰ ਖਤਰਾ ਪੈ ਜਾਂਦਾ, ਚੰਗੇ ਸਕੂਲ 'ਚ ਬੱਚਿਆਂ ਦੇ ਉੱਚ ਸਮਾਜ 'ਚ ਖੁਦ ਉਹਨਾਂ ਦੇ ਦਾਖਲੇ ਨੂੰ ਖਤਰਾ ਪੈ ਜਾਂਦਾ। ਬੱਚਾ ਅਜਿਬ ਜਿਹੀ ਭਾਸ਼ਾਈ ਤਕੋਣ ਦੀ, ਬੱਚਾ ਤਿੰਨ ਭਾਸ਼ਾਵਾਂ 'ਚ ਸਕੂਲ 'ਚ ਬੱਚਾ ਜਾਂਦਾ ਅਤੇ ਰੋਜ਼ ਸਾਨੂੰ ਇਹੋ ਜਿਹੇ ਬੱਚੇ ਆਉਂਦੇ ਆ, ਉਹ ਕਹਿੰਦੇ ਜੀ ਬੱਚਾ ਤੋਤਲਾ ਥਥੜਾਉਣ ਲੱਗ ਪਿਆ, ਉਹਨੂੰ ਘਰ ਕੋਈ ਬੋਲੀ ਹੈ, ਸਕੂਲ 'ਚ ਕੋਈ ਆ, ਰਾਸ਼ਟਰ ਭਾਸ਼ਾ ਕੁਛ ਕਹਿੰਦੀ ਆ ਅਤੇ ਵਪਾਰ ਕੁਛ ਕਹਿੰਦੀ ਆ, ਉਹ ਕੀ ਕਰੂਗਾ ਉਹ ਬੱਚਾ ਇੱਕੋ ਵੇਲੇ ਤਿੰਨ ਭਾਸ਼ਾਵਾਂ ਸਿੱਖ ਕੇ। ਬੱਚਾ ਅਜਿਬ ਦੀ ਭਾਸ਼ਾਈ ਤਕੋਣ ਦੀ ਇੱਕ ਤੋਂ ਦੂਜੀ ਫਿਰ ਤੀਜੀ ਬਾਹੀ ਨਾਲ ਸਿਰ ਟਕਰਾਉਂਦਾ ਰਹਿੰਦਾ। ਮਾਂ ਬੋਲੀ, ਕੌਮੀ ਬੋਲੀ, ਪਰਦੇਸੀ ਭਾਸ਼ਾ ਆਪੋ ਆਪਣੇ ਵੱਲ ਨੂੰ ਖਿੱਚਣ, ਕਿਹੜੀ ਬੋਲੀ ਸ਼ਬਦ ਉਹ ਸਿੱਖੇ ਹੱਸਣ ਰੋਣ ਅਤੇ ਰੁੱਸਣ ਮੰਨਣ ਦਿਲ ਦੀ ਗੱਲ ਕਹਿਣ ਲਈ। ਸਕੂਲ 'ਚ ਕਿਹੜੀ ਬੋਲੀ ਬੋਲੇ ਜੋ ਸੁਲਝੀ ਬੋਲੀ ਅਖਵਾਵੇ, ਚੰਗੇ ਭਵਿੱਖ ਰੁਜ਼ਗਾਰ ਲਈ ਉਹ ਕਿਹੜੀ ਭਾਸ਼ਾ ਵਰਤੇ। ਬੱਚਾ ਅਜੀਬ ਜਿਹੀ ਭਾਸ਼ਾਈ ਤਕੋਣ 'ਚ ਇੱਕ ਤੋਂ ਦੂਜੀ ਫਿਰ ਤੀਜੀ ਬਾਈ ਨਾਲ ਸਿਰ ਟਕਰਾਉਂਦਾ ਰਹਿੰਦਾ। ਉਂਝ ਤਾਂ ਉਹਨੂੰ ਕਿਸੇ ਹੋਰ ਔਰਤ ਦੇ ਹਾਰ ਸ਼ਿੰਗਾਰ ਤੋਂ ਚੰਗੀ ਲੱਗਦੀ ਮਾਂ ਦੇ ਸਿਰ ਦੀ ਪਾਟੀ ਚੁੰਨੀ, ਪਰ ਲੋਕਾਂ ਵਿੱਚ ਖੁੱਲ੍ਹ ਕੇ ਮਾਂ ਨੂੰ ਮਾਂ ਕਹਿਣ ਤੋਂ ਸੰਗ ਆਉਂਦੀ ਹੈ। ਸਮਝ ਨਾ ਆਵੇ ਬੱਚਿਆਂ ਨੂੰ ਨਾ ਮਾਪਿਆਂ ਨੂੰ ਕਲਮ ਦੇ ਕਾਮਿਆਂ, ਦੇਸ਼ ਕੌਮ ਦੇ ਰਹਿਬਰ, ਵਿਰਸੇ ਦੇ ਰਖਵਾਲੇ, ਮਾਂ ਬੋਲੀ ਦੇ ਹੱਕ 'ਚ ਨਾਅਰੇ ਲਾਉਂਦੇ ਪੁੱਤਾਂ ਨੂੰ ਸਮਝ ਨਾ ਆਵੇ ਬੱਚਿਆਂ ਨੂੰ ਨਾ ਮਾਪਿਆਂ ਨੂੰ ਕਲਮ ਦੇ ਕਾਮਿਆਂ, ਦੇਸ਼ ਕੌਮ ਦੇ ਰਹਿਬਰ, ਵਿਰਸੇ ਦੇ ਰਖਵਾਲੇ, ਮਾਂ ਬੋਲੀ ਦੇ ਹੱਕ 'ਚ ਨਾਅਰੇ ਲਾਉਂਦੇ ਪੁੱਤਾਂ ਨੂੰ ਕਿੱਥੇ ਨੁਕਸ ਹੈ ਇਸ ਮਰਜ਼ ਦਾ, ਕਿੱਥੋਂ ਹੋਏ ਇਲਾਜ ਸ਼ੁਰੂ। ਅਤੇ ਆਖਰੀ ਕੁਛ ਦੋ ਲਾਈਨਾਂ ਨੇ ਕਿ ਖਲਨਾਏ ਕੋਲ ਪਹਿਲਾ ਪੱਥਰ ਚੁੱਕ ਨਿਸ਼ਾਨਾ ਸਿੱਧਣ ਲੱਗਿਆ, ਖਲਨਾਏ ਕੋਲ ਪਹਿਲਾ ਪੱਥਰ ਚੁੱਕ ਨਿਸ਼ਾਨਾ ਸਿੱਧਣ ਲੱਗਿਆ, ਸਾਡਾ ਆਪਣਾ ਸ਼ੀਸ਼ਾ ਸਾਡਾ ਚਿਹਰਾ ਨੰਗਾ ਕਰਕੇ ਸਾਡੇ ਦੋਸ਼ ਗਣਾਉਣ ਲੱਗਦਾ। ਖਲਨਾਏ ਕੋਲ ਪਹਿਲਾ ਪੱਥਰ ਚੁੱਕ ਨਿਸ਼ਾਨਾ ਸਿੱਧਣ ਲੱਗਿਆ,
ਸਾਡਾ ਆਪਣਾ ਸ਼ੀਸ਼ਾ ਸਾਡਾ ਚਿਹਰਾ ਨੰਗਾ ਕਰਕੇ ਸਾਡੇ ਦੋਸ਼ ਗਿਣਾਉਣ ਲੱਗਦਾ, ਆਪਣੇ ਨੰਗੇ ਸੱਚ ਦੇ ਸਾਹਮਣੇ ਸਾਡੇ ਆਪਣੇ ਅੰਗ ਨਪੁੰਸਕ ਠੰਡੇ ਹੋ ਕੇ ਵਰਦੀ ਅੱਗ 'ਚ ਕੰਬਣ ਲੱਗਦੇ, ਹਨੇਰੀ ਆਉਣ ਤੋਂ ਡਰਦੇ, ਭਾਂਡੇ ਟੀਂਡੇ ਸਾਂਭਣ ਲੱਗਦੇ, ਹਨੇਰੀ ਆਉਣ ਤੋਂ ਪਹਿਲਾਂ ਭਾਂਡੇ ਟੀਂਡੇ ਸਾਂਭਣ।